ਗੱਲ ਕਿਸਾਨਾਂ ਅਤੇ ਕਿਸਾਨੀ ਦੀ, ਗੱਲ ਕਿਸਾਨਾਂ ਦੀਆਂ ਸਮੱਸਿਆਵਾਂ ਦੀ, ਗੱਲ ਦੁਨੀਆ ਦਾ ਢਿੱਡ ਭਰਨ ਵਾਲੇ ਅੰਨਦਾਤਾ ਦੀ, ਗੱਲ ਖੇਤੀ ਨੂੰ ਮੁੜ ਵਿਰਾਸਤ ਵੱਲ ਲੈ ਜਾਣ ਦੀ, ਗੱਲ ਖੇਤੀ ਨੂੰ ਮਾਡਰਨ ਤਰੀਕੇ ਨਾਲ ਕਰਨ ਦੀ, ਕਿਸਾਨਾਂ ਦੇ ਨਾਲ ਕਿਸਾਨੀ ਦੀ ਖਾਸ ਗੱਲਬਾਤ। ਜੁੜੋ ਆਪਣੀ ਖੇਤੀ ਪ੍ਰੋਗਰਾਮ ਦੇ ਨਾਲ ਸਿਰਫ ਟੀਵੀ NRI 'ਤੇ। ਖੇਤੀ ਵਿੱਚ ਪੈ ਰਹੇ ਲਗਾਤਾਰ ਘਾਟੇ ਦੇ ਚੱਲਦੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਪਿਆ ਹੋਇਆ ਏ। ਸੂਬੇ ਦੇ ਮਾਲਵਾ ਖੇਤਰ ਦੇ ਕਿਸਾਨ ਕਰਜ਼ੇ ਦੀ ਮਾਰ ਨੂੰ ਨਾ ਸਹਿਣ ਕਰਕੇ ਮੌਤ ਨੂੰ ਗਲੇ ਲਗਾ ਰਹੇ ਹਨ। ਪੰਜਾਬ ਦੇ ਦੁਆਬਾ ਖੇਤਰ ਦਾ ਕਿਸਾਨ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ। ਦੁਆਬਾ ਖੇਤਰ ਦੇ ਵੱਡੇ ਕਿਸਾਨ ਜਗੀਰ ਸਿੰਘ ਵਡਾਲਾ, ਜੋ 450 ਏਕੜ ਵਿੱਚ ਬਦਲਵੀਆਂ ਫਸਲਾਂ ਦੀ ਖੇਤੀ ਕਰਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਠੇਕੇ 'ਤੇ ਜ਼ਮੀਨ ਨਾ ਲੈ ਕੇ ਸਿਰਫ ਆਪਣੀ ਜ਼ਮੀਨ 'ਤੇ ਹੀ ਝੋਨੇ ਦੀ ਖੇਤੀ ਕਰਨ ਤਾਂ ਕਿਸਾਨ ਜਿੱਥੇ ਖੁਦਕੁਸ਼ੀ ਤੋਂ ਬਚ ਸਕਦੇ ਹਨ, ਉੱਥੇ ਹੀ ਡਿੱਗਦੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕਦਾ ਹੈ, ਕਿਉਂਕਿ ਕਿਸਾਨ ਜ਼ਮੀਨਾਂ ਦੇ ਜ਼ਿਆਦਾ ਠੇਕੇ ਦੇਣ ਦੇ ਚੱਲਦੇ ਆਮਦਨ ਘੱਟ ਹੋਣ ਕਾਰਨ ਕਰਜ਼ਾਈ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਜਗੀਰ ਸਿੰਘ ਵਡਾਲਾ ਅਜਿਹੇ ਕਿਸਾਨ ਹਨ ਜਿਨ੍ਹਾਂ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਦੂਜੇ ਕਿਸਾਨਾਂ ਵਾਸਤੇ ਇੱਕ ਉਦਾਹਰਣ ਪੇਸ਼ ਕੀਤੀ ਹੈ ਅਤੇ ਫਸਲਾਂ ਤੋਂ ਵੱਧ ਝਾੜ ਪ੍ਰਾਪਤ ਕੀਤਾ ਹੈ। ਖੇਤੀ ਨਾਲ ਨਵੇਂ ਤਜਰਬੇ ਕਰਨ ਵਾਲੇ ਇਸ ਕਿਸਾਨ ਨਾਲ ਅਸੀਂ ਸਿੱਧੀ ਗੱਲਬਾਤ ਕੀਤੀ। ਦੇਖੋ, ਸਾਡੇ ਬਿਊਰੋ ਜਰਨਲਿਸਟ ਇੰਦਰਜੀਤ ਸਿੰਘ ਚਾਹਲ ਵੱਲੋਂ ਇਸ ਕਿਸਾਨ ਦੇ ਖੇਤਾਂ ਵਿੱਚੋਂ ਹੀ ਕੀਤੀ ਗਈ ਉਹਨਾਂ ਨਾਲ ਖਾਸ ਗੱਲਬਾਤ। NRI TV ਦੇ ਖਾਸ ਪ੍ਰੋਗਰਾਮ ਆਪਣੀ ਖੇਤੀ ਵਿੱਚ ਇੱਕ ਵਾਰ ਸਭ ਦਰਸ਼ਕਾਂ ਦਾ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਅੱਜ ਤੁਹਾਨੂੰ ਅਸੀਂ ਅਜਿਹੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ 450 ਏਕੜ ਤੋਂ ਜ਼ਿਆਦਾ ਰਕਬੇ ਵਿੱਚ ਜਿਹੜੀ ਖੇਤੀ ਕਰਦੇ ਨੇ, ਵੱਖ ਵੱਖ ਫਸਲਾਂ ਦੀ ਖੇਤੀ ਕਰਦੇ ਨੇ। ਦੁਆਬਾ ਖੇਤਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਨਾਮ ਸਾਰਿਆਂ ਨੂੰ ਜਾਣਦੇ ਨੇ। ਇੱਕ ਵੱਡੇ ਕਿਸਾਨ ਦੇ ਰੂਪ ਵਿੱਚ ਆਉਂਦਾ ਹੈ। ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਇਹਨਾਂ ਨੇ ਇੱਕ ਬਹੁ ਫਸਲੀ ਚੱਕਰ ਨੂੰ ਅਪਣਾਇਆ ਹੈ। ਮੱਕੀ ਦੀ ਖੇਤੀ ਕਰਦੇ ਨੇ, ਆਲੂ ਦੀ ਖੇਤੀ ਕਰਦੇ ਨੇ। ਆਲੂ ਦੀ ਖੇਤੀ ਦੇ ਵਿੱਚ ਇਹਨਾਂ ਨੂੰ ਇੱਕ ਵੱਡਾ ਕਿਸਾਨ ਗਿਣਿਆ ਜਾਂਦਾ ਹੈ, ਕਿਉਂਕਿ ਇਹ ਆਲੂ ਦੀ ਜਿੱਥੇ ਖੇਤੀ ਕਰਦੇ ਨੇ ਉਹਦੇ ਨਾਲ ਨਾਲ ਆਲੂ ਦਾ ਜਿਹੜਾ ਬੀਜ ਉਤਪਾਦਨ ਵੀ ਕਰਦੇ ਨੇ। ਦੁਆਬੇ ਦੇ ਵਿੱਚ ਇਹਨਾਂ ਤੋਂ ਆਲੂ ਦਾ ਤੁਹਾਨੂੰ ਇੱਕ ਵਧੀਆ ਸੀਡ ਮਿਲ ਸਕਦਾ ਹੈ। ਇੱਥੋਂ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਜਿਹੜਾ ਪੰਜਾਬ ਤੋਂ ਆਲੂ ਦਾ ਸੀਡ ਜਾਂਦਾ ਹੈ, ਉਹਦੀ ਸਪਲਾਈ ਦੇ ਵਿੱਚ ਇਹਨਾਂ ਦਾ ਵੱਡਾ ਹਾਥੇ ਸਾਡੇ ਨਾਲ ਮੌਜੂਦ ਨੇ, ਜਥੇਦਾਰ ਜਗੀਰ ਸਿੰਘ ਵਡਾਲਾ ਜੀ। ਵਡਾਲਾ ਸਾਹਿਬ, ਪਹਿਲਾਂ ਤੁਸੀਂ ਦੱਸੋ, ਆਲੂ ਦੀ ਜਿਹੜੀ ਸੀਡ ਆ, ਜਿਹੜਾ ਪ੍ਰੋਡਕਸ਼ਨ ਕਰਦੇ ਹੋ, ਉਹ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਆਲੂਆਂ ਦਾ ਜਿਹੜਾ ਆਪਣੇ CPR ਆ ਬਾਦਸ਼ਾਹਪੁਰ ਫਾਰਮ, ਉੱਥੋਂ ਅਸੀਂ ਬੀਜ ਲੈਂਦੇ ਹਾਂ। ਬਰੀਡਰ ਲੈ ਕੇ ਉਹਦੇ ਤੋਂ ਹੀ F1 F2 ਤਿਆਰ ਕਰਕੇ ਜਦੋਂ ਸੀਡ ਬਣਦਾ ਉਦੋਂ ਅਸੀਂ ਬਾਹਰਲੀਆਂ ਸਟੇਟਾਂ ਨੂੰ ਦਿੰਦੇ ਹਾਂ। ਉਹਦੇ 'ਚੋਂ ਜਿਹੜਾ ਮੋਟਾ ਆਲੂ ਹੁੰਦਾ ਉਹ ਖਾਣ ਲਈ ਵੇਚ ਦਿੰਦੇ ਹਾਂ, ਜਿਹੜਾ ਬਰੀਕ ਹੈ ਉਹ 2 ਸਾਈਜ਼ ਬਣਾ ਕੇ, ਇੱਕ ਗੋਲੀ ਅਤੇ ਇੱਕ 12 ਸੂਤ, ਉਹਨੂੰ ਅਸੀਂ ਬਾਹਰਲੀਆਂ ਸਟੇਟਾਂ ਵਿੱਚ ਭੇਜਦੇ ਹਾਂ। ਆਲੂ ਦੀ ਜਿਹੜੀ ਖੇਤੀ ਕਿੰਨੇ ਤੁਸੀਂ ਰਕਬੇ 'ਚ ਕਰਦੇ ਹੋ ਔਰ ਕਿੰਨਾ ਕੁ ਸੀਡ ਤੁਸੀਂ ਗਾਂ ਸਪਲਾਈ ਕਰਦੇ ਹਾਂ? ਤਕਰੀਬਨ ਅਸੀਂ 450 ਕਿੱਲੇ ਦੀ ਖੇਤੀ ਕਰਦੇ ਹਾਂ। ਸਾਡੇ 1,00,000 ਕੁ ਪੈਕਟ ਹੁੰਦਾ ਜਿਹੜਾ ਅਸੀਂ ਕਰਦੇ ਹਾਂ। ਕੁਛ ਅਸੀਂ ਗੁਜਰਾਤ ਦੇ ਵਿੱਚ ਜਿਹੜਾ 12 ਸੂਤ ਭੇਜਦੇ ਹਾਂ, ਜਿਹੜੀ ਉਹ ਪੁਖਰਾਜ ਦੀ ਸੀਡ ਦੀ ਜਾਂ ਜੋਤੀ ਦੀ ਗੋਲੀ ਆ, ਉਹ ਬੰਗਾਲ ਦੇ ਵਿੱਚ, ਬਿਹਾਰ ਦੇ ਵਿੱਚ, ਉਹਨਾਂ ਸਟੇਟਾਂ 'ਚ ਘੱਲਦੇ ਹਾਂ। ਕੁਛ ਜਿਹੜਾ 12 ਸੂਤ ਜੋਤੀ ਆ, ਉਹਨੂੰ ਅਸੀਂ ਕਰਨਾਟਕਾ ਵਿੱਚ ਹਸਨ ਸ਼ਹਿਰ ਆ, ਉੱਥੇ ਸਾਡਾ ਕੋਲਡ ਸਟੋਰ ਵੀ ਆ, ਉੱਥੇ ਰੱਖ ਕੇ ਵੇਚਦੇ ਹਾਂ। ਜਿਹੜਾ ਵਡਾਲਾ ਸਾਹਿਬ, ਜਿਹੜੀ ਆਲੂ ਦਾ ਜਿਹੜਾ ਸੀਡ ਆ, ਉਹ ਜਿਹੜਾ ਆਪਣੀ ਦੁਆਬੇ ਦੀ ਧਰਤੀ ਹੈ, ਇਹੋ ਸੀਡ ਨੂੰ ਉੱਤਮ ਕਾਹਤੋਂ ਮੰਨਿਆ ਜਾਂਦਾ? ਕਿਉਂਕਿ ਦੂਜੇ ਸੂਬਿਆਂ 'ਚ ਵੀ ਆਲੂ ਹੁੰਦਾ ਪਰ ਉਹ ਸੀਡ ਲੈਣ ਇੱਥੇ ਆਉਂਦੇ, ਇਹਦਾ ਕਾਰਨ ਕੀ ਆ? ਦੇਖੋ ਜੀ, ਇੱਕ ਕੁਦਰਤ ਦੀ ਦੇਣ ਆ। ਜਿਹੜਾ ਕੋਈ ਪਹਾੜਾਂ ਦੇ ਵਿੱਚੋਂ ਕੋਈ ਦਰਵਾਜ਼ਾ ਲੰਘਦਾ ਜਿੱਥੋਂ ਕੋਈ ਹਵਾ ਆਉਂਦੀ ਆ, ਇਹ ਉਸ ਮੌਸਮ ਦੇ ਵਿੱਚ ਇਹ ਹਵਾ ਇੱਥੋਂ ਦੀ ਲੰਘਦੀ ਆ। ਇੱਥੇ ਬੀਜ ਬਣਾਉਣ ਤੋਂ ਜਿਹੜੇ ਰੋਕਣ ਵਾਲੇ ਜੀਵ ਜੰਤੂ ਆ ਉਹ ਖਤਮ ਹੋ ਜਾਂਦੇ ਉਹ ਠੰਡ ਦੇ ਨਾਲ, ਅਤੇ ਵਧੀਆ ਬੀਜ ਇੱਥੇ ਤਿਆਰ ਹੁੰਦਾ। ਜੋ ਬੀਜ ਇੱਥੋਂ ਤਿਆਰ ਹੋ ਕੇ ਪੂਰੇ ਦੁਨੀਆ ਦੇ ਵਿੱਚ ਉੱਦਾਂ ਦਾ ਬੀਜ ਤਿਆਰ ਨਹੀਂ ਹੁੰਦਾ ਜਿੰਨਾ ਸਾਡਾ ਇੱਥੇ ਬੀਜ ਤਿਆਰ ਹੁੰਦਾ ਇਸ ਏਰੀਏ ਦੇ ਵਿੱਚ, ਜਿਹਨੂੰ ਦੁਆਬੇ ਦਾ ਖੇਤਰ ਕਹਿੰਦੇ ਆ। ਇਹ ਸੀਡ ਇੱਥੇ ਹੀ ਬਣਦਾ, ਪਰ ਸਾਡੇ ਨਾਲ ਹੁਣ ਇਸ ਵੇਲੇ ਧੋਖਾ ਹੋ ਰਿਹਾ। ਕੁਛ ਜਿਹੜੇ ਵਪਾਰੀ ਆ ਮੰਡੀ ਦੇ, ਉਹ ਜਾ ਕੇ ਦੂਜੇ ਏਰੀਏ ਦੇ ਵਿੱਚੋਂ ਖਰੀਦ ਕੇ ਲਿਆਣ ਕੇ ਆਪਣੇ ਮਾਰਕਿਆਂ ਦੇ ਵਿੱਚ ਪਾ ਕੇ ਇੱਥੇ ਦਾ ਨਾਂ ਦੱਸ ਕੇ ਉਹ ਵੇਚਣ ਡਿਆ, ਉੱਥੋਂ ਸਾਡੇ ਨਾਲ ਧੱਕਾ ਹੋ ਰਿਹਾ। ਜਿਹੜਾ ਕਿ ਇਹ ਸਰਕਾਰਾਂ ਨੂੰ ਚਾਹੀਦਾ, ਉਹ ਜਿਹੜਾ ਬਾਹਰੋਂ ਮਾਲ ਆਣ ਕੇ ਵਿਕਦਾ ਸਾਡੇ ਮਾਰਕਿਆਂ ਦੇ ਬਰਾਬਰ ਆਣ ਕੇ, ਉਹਨਾਂ ਨੂੰ ਰੋਕਣਾ ਚਾਹੀਦਾ।
ਜਿਹੜਾ ਆਲੂ ਦੀ ਖੇਤੀ ਕਹਿੰਦੇ ਜੂਏ ਦੀ ਖੇਤੀ ਆ, ਪਰ ਪਿਛਲੇ ਜਿਹੜਾ ਇਹ ਖੇਤੀ ਆ ਇਹ ਜੂਏ ਦੇ ਵਿੱਚ ਜਿਹੜੀ ਬਾਜੀ ਆ, ਕਿਸਾਨ ਹਾਰ ਆ ਪਿਛਲੇ ਕੁਝ ਸਾਲਾਂ ਤੋਂ, ਕੀ ਕਾਰਨ ਆ, ਕਿਉਂ ਆਲੂ ਦਾ ਜਿਹੜਾ ਘਾਟਾ ਕਿਸਾਨਾਂ ਨੂੰ ਲਗਾਤਾਰ ਸਹਿਣ ਕਰਨਾ ਪੈ ਰਿਹਾ? ਦੇਖੋ ਜੀ, ਜਿਹੜੀ ਆਲੂਆਂ ਦੀ ਗੱਲ ਆ ਨਾ, ਲਗਭਗ ਸਾਰੀਆਂ ਸਟੇਟਾਂ ਦੇ ਵਿੱਚ ਆਲੂ ਹੋਣ ਲੱਗ ਪਿਆ ਖਾਣ ਵਾਸਤੇ। ਬੰਗਾਲ ਦੇ ਵਿੱਚ ਖਾਣ ਤੋਂ ਵੱਧ ਆਲੂ ਆ, ਵੱਧ ਸਟੋਰ ਬਣ ਗਏ, ਵੱਧ ਸਬਸਿਡੀਆਂ ਸਟੋਰਾਂ 'ਤੇ ਦੇ ਦਿੱਤੀਆਂ। ਇਸੇ ਤਰੀਕੇ ਨਾਲ ਗੁਜਰਾਤ ਦੇ ਵਿੱਚ ਵੱਧ ਸਟੋਰ ਬਣ ਗਿਆ, ਵੱਧ ਸਟੋਰ ਹੋ ਜਾਂਦਾ, ਆਲੂ ਵੱਧ ਲੱਗਣ ਲੱਗ ਪਿਆ। ਉਹ ਜਿੰਨਾ ਇੰਡੀਆ ਨੂੰ ਪੈਦਾ ਕਰਦਾ ਨਾ ਪੂਰਾ, ਸਾਰੀਆਂ ਸਟੇਟਾਂ, ਉਹਨਾਂ ਬਾਹਰ ਆਲੂ ਨਹੀਂ ਜਾਂਦਾ, ਜਾਂ ਤਾਂ ਕੋਈ ਰਸ਼ੀਆ ਵਰਗਾ ਦੇਸ਼ ਦੇ ਵਿੱਚ ਜਾਂ ਹੋਰ ਜਿਹੜੀਆਂ ਕੰਟਰੀਆਂ ਜਿੱਥੇ ਆਲੂ ਦੀ ਲੋੜ ਆ, ਸਰਕਾਰਾਂ ਨੂੰ ਚਾਹੀਦਾ ਉੱਥੋਂ ਭਾਲ ਕਰਕੇ ਉੱਥੇ ਆਲੂ ਭੇਜਣ, ਜਾਂ ਕਿਸਾਨ ਵੱਡਿਆਂ ਨੂੰ ਉਹਨਾਂ ਦੇ ਲਾਇਸੈਂਸ ਦੇਣ, ਉੱਥੇ ਵੇਚਣ ਦਾ ਹੱਕ ਦੇਣ, ਜਿਹੜੀ ਐਕਸਾਈਜ਼ ਡਿਊਟੀ ਆ ਉਹ 'ਤੇ ਖਤਮ ਕਰਨ। ਜੋ ਇੰਡੀਆ ਦਾ ਆਲੂ ਚੰਗਾ ਸਟੇਟਾਂ ਜਿਹੜੀਆਂ ਵਧੀਆ ਕਰਦੀਆਂ ਪੈਦਾ, ਉਹਨਾਂ ਨੂੰ ਹੱਕ ਹਕੂਕ ਹੋਵੇ ਵੀ ਉਹ ਆਪਣਾ ਬਾਹਰ ਜਾ ਕੇ ਆਲੂ ਵੇਚਣ, ਤਾਂ ਕਿ ਸਾਡੇ ਜਿਹੜਾ ਦੁਆਬੇ ਦੇ ਵਿੱਚ ਜਿਹੜਾ ਸੀਡ ਤਿਆਰ ਕਰਨ ਵਾਲੀ ਆ ਇਸ ਵਿਲਟ ਦਾ, ਉਹ ਬਾਕੀਆਂ ਸਟੇਟਾਂ ਦੇ ਵਿੱਚ ਆਲੂ ਜਾ ਕੇ ਵਿਕੇ, ਉਹਨਾਂ ਦਾ ਬਾਹਰ ਜਾ ਕੇ ਵਿਕੇ, ਤਾਂ ਹੀ ਆਲੂ ਵਾਲਿਆਂ ਨੂੰ ਰਾਹਤ ਮਿਲ ਸਕਦੀ ਆ। ਨਹੀਂ ਤਾਂ ਅੱਜ ਦੀ ਹਾਲਾਤ ਦੇ ਵਿੱਚ ਹੁਣ ਆਲੂ ਆਪਣੇ ਮੀਂਹ ਪੈਣ ਦੇ ਨਾਲ ਗਲ ਗਿਆ, ਤਕਰੀਬਨ 60% ਕੋਲਡ ਸਟੋਰ ਜਿਹੜੇ ਆ ਭਰੇ ਆ, ਪਰ ਅੱਜ ਖਾਣ 'ਚ ਆਲੂ ਜਿਹੜਾ 6 ਰੁਪਈਏ 5 ਰੁਪਈਏ ਕਿਲੋ ਵਿਕਣ ਡਿਆ ਕਿਸਾਨ ਦੇ ਕੋਲੋਂ, ਗਾੜੀ ਜਾ ਕੇ 20 ਰੁਪਈਏ ਵਿਕਦਾ। ਇਹ ਜਿਹੜਾ ਐਡਾ ਵੱਡਾ ਪਾੜਾ ਹੈ, ਸਰਕਾਰਾਂ ਨੂੰ ਸੋਚਣਾ ਚਾਹੀਦਾ, ਖਾਣ ਵਾਲੇ ਨੂੰ ਵੀ ਮਹਿੰਗਾ ਵਿਕਦਾ ਅਤੇ ਜਿਹੜਾ ਵਿਚਲਾ ਬੰਦਾ ਆ ਵਿਚੋਲਾ ਜਿਹੜਾ ਲੈ ਕੇ ਰੇਹੜੀ ਵਾਲਾ ਜਾਂ ਦੁਕਾਨ ਵਾਲਾ ਵੇਚਦਾ ਉਹੋ ਹੀ ਵਿੱਚੋਂ ਸਾਰੀ ਕਮਾਈ ਕਰੀ ਜਾਂਦਾ, ਕਿਸਾਨ ਵੀ ਤੰਗ ਆ ਤਾਂ ਖਾਣ ਵਾਲੇ ਨੂੰ ਪੂਰੇ ਪੈਸੇ ਦੇਣੇ ਪੈਂਦੇ ਆ। ਜਿਹੜੀ ਸਾਡੀ ਗੱਲ ਆ ਕਿਸਾਨਾਂ ਦੀ, ਅਸੀਂ ਜਿਹੜਾ ਬੀਜ ਤਿਆਰ ਕਰਦੇ ਹਾਂ ਅਸੀਂ ਬਹੁਤ ਮਹਿੰਗਾ ਅਤੇ ਜ਼ਿਆਦਾ ਹੀ ਕੋਸਟ ਨਾਲ ਕਰਦੇ ਹਾਂ। ਕੁਛ ਤਾਂ ਅਸੀਂ ਬੀਜ ਲਿਆਉਂਦੇ ਹਾਂ ਉੱਥੋਂ ਬਾਦਸ਼ਾਹਪੁਰ ਫਾਰਮ ਤੋਂ, ਕੁਛ ਅਸੀਂ ਲਾਏ ਆ ਪੋਲੀਹਾਊਸ, ਇੱਥੇ ਲਿਆਉਣ ਕੇ ਅਸੀਂ ਡ੍ਰਿਪ ਸਿਸਟਮ ਦੇ ਨਾਲ ਅਸੀਂ ਟਿਊਬਰ ਲਿਆਉਣ ਕੇ, ਵਧੀਆ ਟਿਊਬਰ ਬਹੁਤ ਮਹਿੰਗਾ 12-13 ਰੁਪਈਏ ਦਾ ਇੱਕ ਟਿਊਬਰ ਆਉਂਦਾ, ਉਹ ਅਸੀਂ ਆਪਣੇ ਪੋਲੀਹਾਊਸਾਂ 'ਚ ਲਾ ਕੇ ਇੱਥੋਂ ਬੀਜ ਤਿਆਰ ਕਰਕੇ 3-4 ਸਾਲ ਬਾਹਰਲੀਆਂ ਸਟੇਟਾਂ ਨੂੰ ਦਿੰਦੇ ਹਾਂ। ਬੀਜ 'ਤੇ ਖਰਚਾ ਪੰਜਾਬ ਦਾ ਕਿਸਾਨ, ਖਾਸ ਕਰਕੇ ਜਿਹੜਾ ਬੈਲਟ ਬੀਜ ਦੀ ਆ, ਇਹ 'ਤੇ ਬਹੁਤ ਖਰਚ ਕਰਕੇ ਮਿਹਨਤ ਕਰਕੇ ਕਿਸਾਨ ਆਪਣਾ ਬੀਜ ਤਿਆਰ ਕਰਦਾ ਹੈ, ਜਿਹਦਾ ਕਿ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ। ਇਹ ਸਮੱਸਿਆ ਬਟਾਲਾ ਸਾਹਿਬ ਕਿੱਦਾਂ ਹੱਲ ਹੋ ਸਕਦੀ, ਕਿਉਂਕਿ ਤੁਸੀਂ ਬਾਹਰ ਵੀ ਜਾਂਦੇ ਆ, ਤੁਸੀਂ ਸਿਆਸਤ ਨਾਲ ਵੀ ਜੁੜੇ ਹੋਏ ਆ, ਤੁਸੀਂ ਇਹ ਸਭ ਜਿਹੜੇ ਮਸਲੇ ਇਹਨਾਂ ਨੂੰ ਨੇੜਿਓਂ ਦੇਖਦੇ ਆ, ਔਰ ਤੁਹਾਡੇ ਤੋਂ ਸ਼ਾਇਦ ਇਹਦਾ ਕੋਈ ਹੱਲ ਵੀ ਹੋਵੇ, ਕਿਸ ਤਰ੍ਹਾਂ ਹੱਲ ਹੋ ਸਕਦੀ, ਕਿਉਂਕਿ ਕਿਸਾਨ ਨੂੰ ਵੀ ਫਾਇਦਾ ਹੋ ਜਾਵੇ ਔਰ ਜਿਹੜੇ ਗਾਹਕ ਨੂੰ ਵੀ ਮਹਿੰਗੀ ਚੀਜ਼ ਨਾ ਮਿਲੇ? ਦੇਖੋ, ਮੈਨੂੰ ਇੱਕ ਸਮਝ ਨਹੀਂ ਲੱਗੀ, ਇੱਥੋਂ ਸਾਡਾ ਜਿਹੜਾ ਪ੍ਰਧਾਨ ਮੰਤਰੀ ਆ 5 ਸਾਲ ਪਹਿਲਾਂ ਰਿਹਾ ਹੁਣ ਬਣਿਆ, ਉਹ ਵੀ ਵਿਦੇਸ਼ਾਂ ਦੇ ਵਿੱਚ ਜਾਂਦਾ, ਜਿਹੜੇ ਸਾਡੇ ਇੱਥੇ ਕਿਸੇ ਪਾਰਟੀ ਦੇ ਵੀ ਕੋਈ MP ਜਿੱਤਦਾ ਆ, ਕੋਈ MLA ਜਿੱਤਦਾ, ਉਹ ਜਾਂਦੇ ਆ ਬਾਹਰ ਜਾ ਕੇ ਗੇੜਾ ਕੱਢ ਕੇ ਤਾਂ ਆਪਣੀ ਮੌਜ ਮਸਤੀ ਕਰਕੇ ਆ ਜਾਂਦੇ ਆ, ਪਰ ਉਹ ਇਹ ਸਮਝ ਨਹੀਂ ਲੱਗੀ ਬਾਹਰਲਾ ਜਾ ਕੇ ਉਹ ਕਾਪੀ ਕਿਉਂ ਨਹੀਂ ਕਰਦੇ। ਹੁਣ ਅਮੈਰੀਕਾ ਦੇ ਵਿੱਚ ਜਾ ਕੇ ਜਿਹੜਾ ਨਹੀਂ ਕੋਈ ਵੀਰ ਗਿਆ ਉਹ ਜਾ ਕੇ ਦੇਖੇ, ਜਿੱਥੇ ਨਰਮਾ ਹੁੰਦਾ ਉੱਥੇ ਮਿੱਲਾਂ ਲੱਗੀਆਂ, ਜਿੱਥੇ ਝੋਨਾ ਲੱਗਦਾ ਜਿਸ ਏਰੀਏ ਦੇ ਵਿੱਚ ਉੱਥੇ ਸੈਲਰ ਲੱਗੇ ਆ, ਜਿੱਥੇ ਗੰਨਾ ਜਿਸ ਏਰੀਏ 'ਚ ਆ ਉੱਥੇ ਗੰਨੇ ਦੀਆਂ ਮਿੱਲਾਂ, ਇੱਕ ਤਾਂ ਦੂਰ ਦੂਰ ਲਿਜਾਣ ਤੋਂ ਨਹੀਂ ਗੱਲ ਕੋਈ, ਇਹ ਉੱਥੇ ਜਾ ਕੇ ਆਪਣਾ ਕਹਿੰਦੇ ਅਮੈਰੀਕਾ ਗਏ ਆ, ਕਨੇਡਾ ਗਏ ਆ, ਪਰ ਉੱਥੇ ਦੀ ਕਾਪੀ ਕਰਕੇ ਤਾਂ ਲਿਆਉਣ ਨਾ ਕਿਸਾਨਾਂ ਨੂੰ ਦੇਖਣ। ਪੰਜਾਬ ਦੇ ਜਿਹੜਾ ਸਰਕਾਰ ਆ, ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਪੰਜਾਬ ਦੇ ਸਿਰ ਕੱਢ ਜ਼ਿਮੀਦਾਰ ਆ ਉਹਨਾਂ ਨੂੰ ਲਿਜਾ ਕੇ ਨਾਲ ਆਪਣੇ ਜਿਹੜੇ ਔਫਿਸਰ ਆ ਉਹਨਾਂ ਨੂੰ ਭੇਜਣ, ਬਾਹਰੋਂ ਜਾ ਕੇ ਕਾਪੀ ਕਰਕੇ ਲਿਆਉਣ, ਇੱਥੇ ਲੋਕਾਂ ਨੂੰ ਦੱਸਣ ਵੀ ਇਸ ਤਰੀਕੇ ਨਾਲ ਜਿਹੜੀ ਖੇਤੀ ਆ, ਇਸ ਏਰੀਏ 'ਚ ਝੋਨਾ ਲੱਗੇ, ਇਹ 'ਚ ਆਲੂ ਲੱਗੇ। ਹੁਣ ਨਾ ਤਾਂ ਕੋਈ ਪਤਾ ਕਿੱਥੇ ਆਲੂ ਲੱਗਣੇ ਆ, ਨਾ ਪਤਾ ਕਿੱਥੇ ਝੋਨਾ ਲੱਗਣਾ, ਜਿੱਥੇ ਨਹੀਂ ਝੋਨਾ ਲੱਗ ਸਕਦਾ ਉੱਥੇ ਝੋਨਾ ਲੋਕ ਲਾਉਂਦੇ ਆ, ਜਿੱਥੇ ਨਹੀਂ ਆਲੂ ਲੱਗ ਸਕਦੇ ਉੱਥੇ ਆਲੂ ਲੱਗਦੇ ਆ, ਜਿੱਥੇ ਨਰਮਾ ਲੱਗਦਾ ਉੱਥੇ ਲੋਕ ਜਾ ਕੇ ਝੋਨਾ ਲਾਉਂਦੇ ਆ। ਇਹ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ, ਜਿਹੜਾ ਕਿ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵਧੀਆ ਕਿਸਾਨ ਇਲਾਕੇ ਦੇ ਵਿੱਚੋਂ ਲੱਭ ਕੇ ਲਿਜਾ ਕੇ ਉਹਨਾਂ ਦਾ ਤਜਰਬਾ ਅਤੇ ਨਾਲ ਜਿਹੜੇ ਹੈਗੇ ਆ ਐਗਰੀਕਲਚਰ ਅਫਸਰ ਉਹਨਾਂ ਨੂੰ ਨਾਲ ਭੇਜਿਆ ਜਾਵੇ, ਤਾਂ ਕਿ ਉਹ ਨਵੀਂ ਟੈਕਨੀਕ ਲਿਆਉਣ ਕੇ ਕਿਸ ਏਰੀਏ 'ਚ ਕਿਹੜੀ ਚੀਜ਼ ਬੀਜਣੀ ਆ ਦੂਜੇ ਏਰੀਏ 'ਚ ਬੈਨ ਲਾਇਆ ਜਾਵੇ। ਬਟਾਲਾ ਸਾਹਿਬ, ਸਿਆਸਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਸਾਨ ਨਹੀਂ ਕਿੱਤੇ ਨਾਲ ਜਿਹੜਾ ਆਪਾਂ ਪਿਛੋਕੜ ਜੁੜੇ ਹੋਏ ਜ਼ਿਆਦਾ ਸਿਆਸਤਦਾਨ ਆ,
ਜ਼ਿਆਦਾ ਕਿਸਾਨੀ ਕਿੱਤੇ ਦੇ ਉਹ ਪਿੱਛੋਂ ਜਿਹੜਾ ਤਾਲੁਕ ਜਿਹੜੇ ਸਿਆਸਤਦਾਨ ਕਿਸਾਨੀ ਕਿੱਤੇ ਨਾਲ ਰੱਖਦੇ, ਪਰ ਉਹ ਜਦੋਂ ਸਰਕਾਰਾਂ ਦੇ ਵਿੱਚ ਚਲ ਜਾਂਦੇ ਫਿਰ ਇਸ ਜਿਹੜੇ ਆਪਣੇ ਪਿਛੋਕਰ ਦੀ ਪਰਵਾਹ ਕਿਉਂ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਤਾਂ ਆਪਣੇ ਤੌਰ 'ਤੇ ਪੂਰੀ ਜਾਣਕਾਰੀ ਹੁੰਦੀ ਆ ਵੀ ਕੀ ਸਮੱਸਿਆ ਹੈ ਕਿਸਾਨ ਦੀ। ਆਪਾਂ ਪੰਜਾਬ ਦੀ ਵੀ ਸਿਆਸਤ ਦੇਖੀਏ, ਸਭ ਤੋਂ ਜ਼ਿਆਦਾ ਕਿਸਾਨੀ ਨਾਲ ਜੁੜੇ ਹੋਏ ਲੀਡਰ ਆ, ਪਰ ਫਿਰ ਵੀ ਹੱਲ ਕਿਉਂ ਨਹੀਂ ਕਰਦੇ ਇਹਨਾਂ ਸਮੱਸਿਆਵਾਂ ਦਾ। ਜਿੰਨੇ ਚਿਰ ਵੋਟਾਂ ਲੈਣੀਆਂ ਹੁੰਦੀਆਂ ਬਣਨ ਤੱਕ, ਉਦੋਂ ਤੱਕ ਹੀ ਇਹ ਕਿਸਾਨ ਰਹਿੰਦੇ ਆ। ਜਦੋਂ ਇਹ MLA MP ਬਣ ਜਾਂਦੇ ਆ, ਉਦੋਂ ਇਹਨਾਂ ਦਾ ਉੱਪਰ ਜਿਹੜਾ ਦੇਖਦੇ ਆ ਵੀ ਉਹ ਫਲਾਣਾ ਜਿੱਤ ਕੇ ਆਹ ਕੀਤਾ, ਫਲਾਣੇ ਨੇ ਆਹ ਕੀਤਾ, ਉੱਧਰ ਨੂੰ ਧਿਆਨ ਚੱਲ ਜਾਂਦਾ। ਇੱਕ ਮੈਂ ਮਿਸਾਲ ਦਿੰਦਾ ਕਿ ਗੁਰਪ੍ਰਤਾਪ ਵਡਾਲੇ ਨੇ ਜਾ ਕੇ ਅਸੈਂਬਲੀ ਦੇ ਵਿੱਚ, ਉਹਨੇ ਆਪਣਾ ਇੱਕ ਬਹੁਤ ਦੁਆਬੇ ਦੇ ਲੋਕਾਂ ਲਈ ਯੋਗਦਾਨ ਪਾਇਆ। ਦੁਆਬਾ ਬਿਸਤ ਨਹਿਰ ਆ, ਜਿਹਦਾ ਕਿ ਪਾਣੀ ਪਹਿਲਾਂ ਆਣ ਕੇ ਪੂਰੇ ਦੁਆਬੇ 'ਚ ਘੁੰਮਦਾ ਸੀ, ਖੇਤਾਂ ਵਿੱਚ ਜਾਂਦਾ ਸੀ। ਉਹਨੇ ਜਾ ਕੇ ਬੋਲਿਆ ਅਤੇ ਉਹਦਾ ਰਿਕਾਰਡ ਹੋਇਆ, ਅਤੇ ਉੱਤੇ ਸੈਂਟਰ ਸਰਕਾਰ ਨੂੰ ਵੀ ਮਜਬੂਰ ਹੋ ਕੇ ਇਹ ਨਹਿਰ ਚਾਲੂ ਕਰਨੀ ਪਈ, ਨੱਕੀਆਂ ਪੱਕੀਆਂ ਨਹਿਰਾਂ ਕਰਨੀਆਂ ਪਈਆਂ ਜਿਹੜੀਆਂ ਨਹੀਂ ਹੋਈਆਂ। ਮੇਰੀ ਬੇਨਤੀ ਹੈ ਸਰਕਾਰ ਨੂੰ ਉਹ ਕਰਨ ਤਾਂ ਕਿ ਨਹਿਰਾਂ ਦਾ ਪਾਣੀ ਵੱਧ ਤੋਂ ਵੱਧ ਉਸ ਦੁਆਬਾ ਬਿਸਤ ਨਹਿਰ ਦਾ ਦੁਆਬੇ ਦੇ ਵਿੱਚ ਪਾਣੀ ਆਵੇ, ਹੋਰ ਵੀ ਨਹਿਰਾਂ ਕੱਢੀਆਂ ਜਾਣ ਡੈਮਾਂ ਤੋਂ ਤਾਂ ਕਿ ਪੰਜਾਬ ਦਾ ਪਾਣੀ ਵੀ ਵੱਧ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਿਕਰ ਆ ਕਿ ਪਾਣੀ ਪੀਣ ਲਈ ਵੀ ਨਹੀਂ ਰਹਿਣਾ, ਕੋਈ ਗੱਲ ਨਹੀਂ, ਸਰਕਾਰਾਂ ਦੇ ਵਿੱਚ ਕੀ ਨਹੀਂ ਹੋ ਸਕਦਾ। ਸਿਰਫ ਇਹ ਜਿਹੜੇ ਇੱਥੋਂ MLA ਜਾਂ ਮੰਤਰੀ ਜਿੱਤ ਕੇ ਜਾਂਦੇ ਆ, ਇਹ ਸਿਰਫ ਇਹ ਤਾਂ ਨਹੀਂ ਵੀ ਉਹ ਤਨਖਾਹਾਂ ਲੈਣ ਅਤੇ ਜਾਂ ਮੁੜ ਕੇ ਪੈਨਸ਼ਨਾਂ ਲੈਣ ਲਈ ਜਾਂਦੇ ਆ, ਇੱਥੇ ਦੀ ਆਵਾਜ਼ ਬੁਲੰਦ ਕਰਨ ਜਿਵੇਂ ਵਡਾਲੇ ਨੇ ਕੀਤੀ ਆ। ਇਹ ਜਾ ਕੇ ਉੱਥੇ ਬੋਲਦੇ ਨੇ ਸਾਡੇ ਆਲੂ ਲਾਉਣ ਵਾਲੇ, ਸਾਡੇ ਖੇਤੀ ਕਰਨ ਵਾਲੇ ਜਿਹੜੇ MP ਆ ਜਾਂ MLA ਆ, ਉਹਨਾਂ ਤੋਂ ਉੱਥੇ ਰੌਲੀ ਪਾਉਣੀ ਚਾਹੀਦੀ ਆ। ਅਸੀਂ ਆਪਣੀ ਪਾਰਟੀ ਨੂੰ ਵੀ ਜਦੋਂ ਕਿਤੇ ਮੀਟਿੰਗ ਹੁੰਦੀ ਆ ਪੂਰਾ ਦਬਾਅ ਪਾ ਕੇ ਕਹਿੰਦੇ ਹਾਂ ਵੀ ਕਿਸਾਨਾਂ ਲਈ ਸੋਚੋ, ਕਿਸਾਨਾਂ ਲਈ ਕੋਈ ਸੋਚਣ ਨੂੰ ਤਿਆਰ ਨਹੀਂ ਗਾ। ਮੈਂ ਜਿੰਨੀ ਵੀ ਲੀਡਰਸ਼ਿਪ ਆ ਜਾਣੀ ਤਾਂ ਪਿੰਡਾਂ 'ਚੋਂ ਹੀ ਆ, ਇਸ ਇਲਾਕੇ 'ਚੋਂ ਜਾਣੀ ਆ। ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਜੇ ਤੁਹਾਨੂੰ ਲੋਕਾਂ ਨੇ ਜਿਤਾਇਆ ਆ, ਕਿਰਪਾ ਕਰਕੇ ਉੱਥੇ ਜਾ ਕੇ ਬੋਲੋ, ਉੱਥੇ ਜਾ ਕੇ ਆਪਣੇ ਇਲਾਕੇ ਦੀ ਗੱਲ ਕਰੋ, ਉੱਥੇ ਕੀ ਲੋੜ ਆ, ਕਿਹੜੀ ਫਸਲ ਬੀਜਣੀ ਆ, ਕਿੱਥੇ ਬੀਜਣੀ ਆ, ਉਹ ਜਾ ਕੇ ਆਪਣੀ ਗੱਲ ਕਰਨ ਤਾਂ ਕਿ ਲੋਕ ਤੁਹਾਨੂੰ ਗਾਂਹ ਵੀ ਅੱਛਾ ਸਮਝਣ। ਨਹੀਂ ਤਾਂ ਲੋਕ ਬਾਹਲਾ ਚੰਗਾ ਜ਼ਿਆਦਾ ਚਿਰ ਨਹੀਂ ਸਮਝਦੇ ਹੁੰਦੇ, ਲਾ ਕੇ ਪਰੇ ਮਾਰਦੇ ਆ। ਮੇਰੀ ਹੱਥ ਬੰਨ੍ਹ ਕੇ ਬੇਨਤੀ ਆ। ਵਡਾਲਾ ਸਾਹਿਬ, ਬੈਸਟ ਦੁਆਬਾ ਨਹਿਰ ਦੀ ਤੁਸੀਂ ਗੱਲ ਕੀਤੀ, ਮੈਂ ਇੱਥੇ ਕਦੀ ਪਾਣੀ ਵਗਦਾ ਸ਼ਾਇਦ ਆਪਾਂ ਲੰਮਾ ਸਮਾਂ ਹੋ ਗਿਆ ਦੇਖਿਆ। ਤੁਹਾਡੇ ਪਿੰਡ ਦੇ ਲਾਗਿਆਂ ਦੇ ਵੀ ਨਹਿਰ ਲੰਘਦੀ ਆ, ਇਬਨ ਮਾਈਨਰ ਜਿਹਨੂੰ ਕਹਿੰਦੇ ਆ, ਇਹ 'ਚ ਵੀ ਨਹਿਰ ਦਾ ਸ਼ਾਇਦ ਵਜੂਦ ਹੈ ਨਹੀਂ, ਕਿਉਂ ਨਹਿਰਾਂ ਸੁੱਕ ਗਈਆਂ? ਅਕਸਰ ਨਹਿਰੀ ਵਿਭਾਗ ਕਹਿੰਦਾ ਵੀ ਕਿਸਾਨ ਕਹਿੰਦੇ ਸਾਨੂੰ ਨਹਿਰੀ ਪਾਣੀ ਦੀ ਲੋੜ ਨਹੀਂ, ਇਹ ਕੀ ਇਹਦੀ ਕਹਾਣੀ ਕੀ ਆ? ਬਿਲਕੁਲ ਜੀ, ਲੋੜ ਆ ਪਾਣੀ, ਨਹਿਰ ਦੇ ਪਾਣੀ ਨਾਲ ਦੀ ਤਾਂ ਰੀਸ ਹੀ ਨਹੀਂ ਗੀ, ਕਿਸੇ ਨਹਿਰ ਦਾ ਜਾ ਕੇ ਸਫਾਈ ਨਹੀਂ ਹੁੰਦੀ, ਨਾ ਇੰਨੀ ਮਹਿੰਗਾਈ 'ਚ ਇੰਨੀ ਲੇਬਰ ਮਹਿੰਗੀ 'ਚ ਹੋ ਸਕਦੀ ਆ। ਪੱਕੀਆਂ ਨਹਿਰਾਂ ਬਣ ਰਹੀਆਂ ਆ, ਖਾਲੇ ਲੱਗੇ ਆ, ਸਰਕਾਰ ਦੀ ਜਿਹੜੀ ਸਕੀਮ ਆ ਸੈਂਟਰ ਦੀ ਵੀ ਉਹ ਪੈਸੇ ਦਿੰਦੀ ਆ ਇਕੱਲੇ ਖੇਤਾਂ ਨੂੰ। ਜੇ ਹੁਣ ਤਾਂ ਅੰਡਰਗਰਾਊਂਡ ਵੀ ਸਕੀਮ ਆਈ ਆ ਵੀ 90% ਸਰਕਾਰ ਦੂ, 10% ਕਿਸਾਨ ਦਊਗਾ। ਇਹ ਜਿਹੜੀਆਂ ਸਕੀਮਾਂ ਆ ਬਣਾ ਲੈਣੀਆਂ, ਕੋਈ ਜ਼ਰੂਰੀ ਨਹੀਂ ਉਹਨੂੰ ਲਾਗੂ ਵੀ ਕਰਨਾ ਜ਼ਰੂਰੀ ਹੁੰਦਾ, ਲਾਗੂ ਤਾਂ ਕਰਨ ਹੀ ਨਹੀਂ ਕੁੱਡਿਆ, ਸਿਰਫ ਬਣਾਉਣ ਦਾ ਹੀ ਉੱਥੇ ਬੈਠੇ ਬਣਾ ਲੈਂਦੇ, ਮੁੜ ਕੇ ਕੋਈ ਕਿਸੇ ਗੱਲ 'ਤੇ ਨਹੀਂ ਆਉਂਦੇ। ਵਡਾਲਾ ਸਾਹਿਬ, ਝੋਨੇ ਦੀ ਪਰਾਲੀ ਦੀ ਜਦੋਂ ਵਾਢੀ ਹੋ ਜਾਂਦੀ ਫਿਰ ਪਰਾਲੀ ਦੇ ਨਿਪਟਾਰੇ ਦੀ ਗੱਲ ਹੁੰਦੀ ਆ, ਔਰ ਅਕਸਰ ਕਿਸਾਨਾਂ 'ਤੇ ਦੋਸ਼ ਲਾਉਂਦੇ ਇਹ ਮਹਿਕਮੇ, ਸਰਕਾਰਾਂ ਜਾਂ ਆਮ ਲੋਕ ਵੀ, ਕਿਸਾਨ ਜਿਹੜਾ ਪਰਾਲੀ ਸਾੜ ਕੇ ਪ੍ਰਦੂਸ਼ਣ ਫੈਲਾ ਰਿਹਾ। ਪਰ ਤੁਸੀਂ ਇੱਕ ਕਿਸਾਨ ਦੇ ਤੌਰ 'ਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਸਾੜੀ ਨਹੀਂ, ਔਰ ਉਹ ਤੁਸੀਂ ਤੁਹਾਡੇ ਮਨ 'ਚ ਖਿਆਲ ਕਿੱਦਾਂ ਆਇਆ ਵੀ ਪਰਾਲੀ ਕਿਉਂ ਨਹੀਂ ਸਾੜਨੀ, ਔਰ ਪਰਾਲੀ ਸਾੜਨ ਦੇ ਕੀ ਤੁਹਾਨੂੰ ਕੋਈ ਨੁਕਸਾਨ ਲੱਗੇ, ਔਰ ਤੁਸੀਂ ਉਹਦਾ ਨਿਪਟਾਰਾ ਕਿੱਦਾਂ ਕਰਦੇ ਜੇ ਪਰਾਲੀ ਨਹੀਂ ਸਾੜਦੇ ਤਾਂ? ਦੇਖੋ ਜੀ, ਮੈਂ 2014 ਦੇ ਵਿੱਚ ਆਪਣਾ ਮਨ ਬਣਾਇਆ ਵੀ ਕੋਈ ਨਾ ਕੋਈ ਮੈਂ ਕਾਢ ਕੱਢ ਕੇ ਨਾ ਮੈਂ ਪਰਾਲੀ ਅੱਗ ਲਾਉਣ ਤੋਂ ਛੁਟਕਾਰਾ ਪਾ ਕੇ ਅਤੇ ਇਹਨੂੰ ਵਿੱਚ ਵਾਹੁਣ ਦੀ, ਵਿੱਚ ਗਾਲਣ ਦੀ ਸਕੀਮ ਬਣਾਉਣੀ ਹੈ। ਮੈਂ 2014 ਵਿੱਚ ਬਹੁਤ ਮਿਹਨਤ ਕੀਤੀ, ਜੇ ਕਿਤੇ ਜਿੰਨੀ ਮੈਂ ਮਿਹਨਤ ਕੀਤੀ ਆ, ਕਿਰਪਾ ਕਰਕੇ ਯੂਨੀਵਰਸਿਟੀਆਂ ਜਾਂ ਇੰਨੀਆਂ ਤਨਖਾਹਾਂ ਲੈਣ ਵਾਲੇ ਮੇਰੇ ਵੀਰ, ਮੇਰੇ ਵੱਡੇ ਭਰਾ, ਇਹ ਜੇ ਨਾਲ ਸਾਡੇ ਮਿਹਨਤ ਕਰਨ, ਸਾਡੇ ਤਾਂ ਕਪੂਰਥਲੇ 'ਚ ਸਾਡੇ ਜਿਹੜੇ ਐਗਰੀਕਲਚਰ ਵਾਲੇ ਸੀ ਮੇਰੇ ਨਾਲ, ਉਹਨਾਂ ਨੇ ਬਹੁਤ ਉਦੋਂ ਹੈਲਪ ਕਰਵਾਈ। ਜੇ ਸਾਰੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਚੀਫ ਜਾਂ ਖੇਤੀਬਾੜੀ ਮਹਿਕਮਾ ਪੂਰਾ ਦਿਲਚਸਪੀ ਨਾਲ ਯੂਨੀਵਰਸਿਟੀਆਂ ਕਰਨ, ਮੇਰੀ ਗੱਲ ਗੌਰ ਨਾਲ ਸੁਣ ਲਓ, ਫਿਰ ਪੰਜਾਬ ਦਾ ਪੂਰਾ ਭਲਾ ਹੋ ਸਕਦਾ। ਜੇ 14 ਤੋਂ ਲਾ ਕੇ ਹੁਣ ਤੱਕ ਸਾਡੀਆਂ ਜ਼ਮੀਨਾਂ ਦੇ ਵਿੱਚ ਇੰਨੀ ਤਾਕਤ ਬਣ ਗਈ ਆ, ਕੋਈ ਵੀ ਫਸਲ ਬੀਜਦੇ ਹਾਂ ਇਹ ਖਾਦ ਅੱਧੀ ਪਾਉਣ ਲੱਗ ਪਏ ਆ, ਸਿਰਫ ਸਰਕਾਰ ਦਾ ਕੀ ਯੋਗਦਾਨ ਹੈ ਕਿ ਦਬਾਅ ਪਾਇਆ ਵੀ ਪਰਚੇ ਕਰਾਂਗੇ ਤੁਹਾਡੇ 'ਤੇ, ਤਾਂ ਲੋਕਾਂ ਨੇ ਮਜਬੂਰੀ ਕਰਕੇ ਕੀਤਾ, ਲੋਕਾਂ ਨੇ ਸ਼ੌਂਕ ਨਾਲ ਨਹੀਂ ਕੀਤਾ।
ਅਸੀਂ ਇਸ ਕੰਮ ਨੂੰ ਸ਼ੌਂਕ ਨਾਲ ਕੀਤਾ ਸੀਗਾ, ਪਰ ਜਿਹੜਾ ਪਿਛਲੇ ਸਾਲ ਮੋਦੀ ਸਰਕਾਰ ਨੇ ਸੈਂਟਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਲੋਕਾਂ ਨੂੰ ਸੰਦਾਂ 'ਤੇ ਸੋਸਾਇਟੀਆਂ ਬਣਾ ਕੇ 80% ਸਬਸਿਡੀ ਦਿੱਤੀ ਆ, ਜਾਂ ਕੋਈ ਸਿੱਧਾ ਸੰਦ ਲੈਂਦਾ ਉਹਨੂੰ 40% 50% ਸਬਸਿਡੀ ਦਿੱਤੀ ਆ। ਬੜਾ ਅੱਛਾ ਉਪਰਾਲਾ। ਸਰਕਾਰਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਕਿਸਾਨਾਂ ਨੂੰ ਸਬਸਿਡੀ ਦਿਓ, ਉਹ ਆਪਣੇ ਸੰਦ ਖਰੀਦਣ ਮੌਕੇ 'ਤੇ ਸੰਦ ਖਰੀਦ ਕੇ, ਜਿਵੇਂ ਅਸੀਂ ਆਪਣੀ ਖੇਤੀ ਦੇ ਵਿੱਚ ਅਸੀਂ ਜਿੱਦਾਂ ਝੋਨਾ ਵੱਢਦੇ ਹਾਂ, ਝੋਨਾ ਵੱਢ ਕੇ ਅਸੀਂ ਉਹ ਕੰਪੈਨ ਬਾਹਰ ਨਿਕਲਦੀ ਆ, ਦੂਏ ਦਿਨ ਅਸੀਂ ਆਲੂ ਲਾਉਂਦੇ ਹਾਂ। ਸਿਰਫ ਇੱਕ ਰਾਤ ਹੀ ਰਹਿੰਦੀ ਆ ਉਹ ਤਿਆਰ ਕਰਨ ਲਈ। ਇੱਕ ਦਿਨ 'ਚ ਜਿੰਨੇ ਕਿੱਲੇ ਕੰਪੈਨ ਸਾਡੇ ਵੱਢਦੀ ਆ, 12 ਕਿੱਲੇ 10 ਕਿੱਲੇ ਤੋਂ 12 ਦੇ ਵਿੱਚ, ਉਹਨੇ ਅਸੀਂ ਚੋਪਰ ਫੇਰ ਕੇ ਅਤੇ ਰੂਟਾਵੇਟਰ ਫੇਰ ਕੇ ਅਸੀਂ ਉੱਥੇ ਅਲਟਾਵੇਂ ਹਾਲ ਫੇਰ। ਬਟਾਲਾ ਸਾਹਿਬ ਥੋੜ੍ਹਾ ਵਿਸਥਾਰ 'ਚ ਦੱਸੋ ਕਿੱਦਾਂ ਤੁਸੀਂ ਨਿਪਟਾਰਾ ਕਰਦੇ ਹੋ? ਮੰਨ ਲਓ ਝੋਨਾ ਵੱਢਿਆ ਗਿਆ, ਪਰਾਲੀ ਖੜ੍ਹੀ ਆ, ਕਿੱਦਾਂ ਕਰਦੇ ਆ? ਅਸੀਂ ਕੰਪੈਨ ਤਕਰੀਬਨ 12 ਕਿੱਲੇ ਵੱਢਦੀ ਆ ਅਤੇ ਉਹਦੇ ਮਗਰ ਅਸੀਂ ਚੋਪਰ ਫੇਰ ਕੇ ਪਰਾਲੀ ਦਾ ਕੁਤਰਾ ਕਰਕੇ ਅਤੇ ਫਿਰ ਅਸੀਂ ਅਲਟਾਵੇਂ ਹਾਲ ਮਾਰਦੇ ਹਾਂ। ਅਲਟਾਵੇਂ ਹਾਲ ਮਾਰ ਕੇ ਅਲਟਾਵੇਂ ਹਾਲ ਤਕਰੀਬਨ ਨਵੇਂ ਮੇਰੇ ਵੀਰ ਆ, ਸਾਰੀ ਗੱਲ ਮੇਰੀ ਉਹ ਸਮਝ ਲੈਣ ਕਿ ਤਕਰੀਬਨ 11.5-10 ਤੋਂ 12 ਇੰਚ ਦੇ ਵਿੱਚ ਡੂੰਘਾ ਜਾਣਾ ਚਾਹੀਦਾ, ਇਹਦੂ ਘੱਟ ਨਹੀਂ ਜਾਣਾ ਚਾਹੀਦਾ। ਉਹ ਜਿਸ ਰੋਕ ਆਪਾਂ ਅਲਟਾਵੇਂ ਹਾਲ ਮਾਰਨੇ ਆ ਉਸੇ ਰੋਕ ਹੀ ਰੂਟਾਵੇਟਰ ਮਾਰਨਾ, ਦੂਜੇ ਰੋਕ ਛੋਟੇ ਰੋਕ ਰੂਟਾਵੇਟਰ ਮਾਰ ਕੇ ਤਾਂ ਆਲੂ ਲਾ ਦਿਓ। ਬਿਲਕੁਲ ਕੋਈ ਬਾਹਲੀ ਵਹਾਉਣ ਦੀ ਜ਼ਿਆਦਾ ਖਰਚੇ ਦੀ ਵੀ ਨਹੀਂ ਕੋਈ ਐਡੀ ਗੱਲ ਹੁੰਦੀ। ਇਹ 'ਤੇ ਖਰਚਾ ਕਿੰਨਾ ਆ ਜਾਂਦਾ ਪੂਰੀ ਪਿਆਲੀ ਤਿਆਰ ਕਰਨ ਦੇ ਆਲੂ ਤੱਕ? ਦੇਖੋ ਜੀ, ਕੰਬਾਈਨ ਵੱਢ ਕੇ ਨਿਕਲ ਜਾਵੇ ਅਤੇ ਆਲੂ ਲਾਉਣ ਤੱਕ ਤਕਰੀਬਨ 35 ਲੀਟਰ ਡੀਜ਼ਲ 1 ਕਿੱਲੇ ਦਾ ਲੱਗਦਾ। 35 ਲੀਟਰ ਦੇ ਨਾਲ 1 ਕਿੱਲਾ ਇਹਨੂੰ ਤਿਆਰ ਹੋ ਜਾਂਦਾ, ਆਲੂ ਲੱਗ ਜਾਂਦੇ। ਅਤੇ ਇਹਦਾ ਫਿਰ ਕੋਈ ਫਾਇਦਾ ਵੀ ਹੁੰਦਾ ਗਾਂ, ਕੋਈ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ? ਤੁਸੀਂ ਦੇਖਿਆ ਆਪਣੇ ਜਿਹੜੇ ਇਹ ਖੇਤ ਆ ਜਿਹੜੇ, ਇਹਨਾਂ 'ਚ ਕੋਈ ਕਿੰਨੀ ਜਿਹੜੀ ਆਪਣੀ ਜ਼ਮੀਨ ਦੀ ਸ਼ਕਤੀ ਵਧੀ ਆ? ਦੇਖੋ ਜੀ, ਅਸੀਂ ਜਦੋਂ ਦਾ 14 ਤੋਂ ਵਾਹੁਣ ਲੱਗੇ ਹਾਂ, ਅਸੀਂ 15 ਦੇ ਵਿੱਚ ਖਾਦ ਘਟਾਉਣੀ ਸ਼ੁਰੂ ਕਰਤੀ। ਹਰ ਸਾਲ ਅਸੀਂ ਥੋੜ੍ਹੀ ਥੋੜ੍ਹੀ ਖਾਦ ਘਟਾਈ ਜਾਂਦੇ ਹਾਂ। ਜਿਹੜਾ 35 ਲੀਟਰ ਤੇਲ ਆ ਜਿਹੜਾ ਇੱਕ ਖੇਤ ਨੂੰ ਲੱਗਦਾ, ਇਹ ਤਾਂ ਤੀਜੇ ਸਾਲ ਹੀ ਬਰਾਬਰ ਕਰ ਦਿੰਦਾ। ਉਹਦੇ ਨਾਲ ਆਪਾਂ ਖਾਦ ਘੱਟ ਜਾਂਦੀ ਆ, ਅਜੇ ਦੂਜੇ ਸਾਲ ਉਨੀ ਨਹੀਂ ਘੱਟਦੀ ਵੀ ਜ਼ਮੀਨ ਥੱਲਿਓਂ ਮਾੜੀ ਆ ਜਾਂਦੀ ਆ, ਫਿਰ ਜਿਹੜੇ ਤੀਜੇ ਸਾਲ ਦੇ ਵਿੱਚ ਵਧੀਆ ਗੱਲ ਬਣਦੀ ਆ। ਤੀਜੇ ਸਾਲ ਦੇ ਵਿੱਚ ਉਹ ਫਿਰ ਉਹ ਫਿਰ ਜਿਹੜੀ ਜ਼ਮੀਨ ਥੱਲੇ ਆ ਪਰਾਲੀ ਗਈ ਹੁੰਦੀ ਉਹ ਫਿਰ ਤੀਜੇ ਸਾਲ ਉੱਪਰ ਆ ਜਾਂਦੀ ਹੈ ਨਾ? ਹਾਂਜੀ ਹਾਂਜੀ, ਉਹ ਜਿਹੜੀ ਪਰਾਲੀ ਥੱਲੇ ਗਈ ਆ ਉਹ ਦੂਜੇ ਸਾਲ ਬਾਹਰ ਆ ਜਾਣੀ ਹੈ, ਇਹਨੂੰ ਕਾਲੀ ਸਵਾਰਗੀ ਹੋਈ ਹੁੰਦੀ ਆ, ਉਹ ਰੂੜੀ ਆ ਉਹਦੀ। ਫਿਰ ਅਸੀਂ ਕੀ ਕਰਦੇ ਹਾਂ ਜੀ, ਜਦੋਂ ਆਪਣੇ ਆਲੂ ਪੱਟ ਗਏ ਅਸੀਂ ਬੀਜਦੇ ਹਾਂ ਮੱਕੀ। ਮੱਕੀ ਦੇ ਵਿੱਚ ਅਸੀਂ ਸਿਰਫ ਕੰਬਾਈਨ ਦੇ ਨਾਲ ਦਾਣੇ ਕੱਢਦੇ ਹਾਂ ਜਿਹੜੇ 50-40 ਕੁਇੰਟਲ 35 ਕੁਇੰਟਲ ਜਿੰਨੇ ਹੁੰਦੇ ਆ, ਸੁੱਕੀ ਦੇ ਘੱਟ ਜਾਂਦੇ ਆ, ਗਿੱਲੀ ਦੇ ਜ਼ਿਆਦਾ ਹੁੰਦੇ ਆ, ਉਹ ਦਾਣੇ ਕੱਢ ਕੇ ਬਾਕੀ ਸਾਰਾ ਰੂਟਾਵੇਟਰ ਨਾਲ ਵਿੱਚੇ ਗਾਲ ਕੇ ਅਤੇ ਉਹ ਵੀ ਅਸੀਂ ਫਿਰ ਝੋਨਾ ਲਾਉਂਦੇ ਹਾਂ। ਬਾਹਰ ਨਹੀਂ ਉਹ 'ਚੋਂ ਕੱਢਦੇ, ਨਾ ਕੋਈ ਸਾੜ ਦਈਆਂ। ਬਟਾਲਾ ਸਾਹਿਬ ਕਹਿੰਦੇ ਜਿਹੜੀ ਆ ਬਹਾਰ ਰੁੱਤ ਦੀ ਮੱਕੀ ਲੱਗਦੀ ਆ, ਪੂਰੇ ਸ਼ਾਇਦ ਦੁਆਬੇ 'ਚ ਜ਼ਿਆਦਾ ਲੱਗਦੀ ਆ, ਆਪਣੇ ਪਿੱਛੇ ਵੀ ਮੱਕੀ ਖੜ੍ਹੀ ਆ। ਕਹਿੰਦੇ ਪਾਣੀ ਲਈ ਬੜੀ ਖਤਰਨਾਕ ਸਾਬਤ ਹੋ ਰਹੀ ਧਰਤੀ ਹੇਠਲੇ ਪਾਣੀ ਲਈ, ਔਰ ਇਹ ਝੋਨੇ ਨਾਲੋਂ ਜ਼ਿਆਦਾ ਪਾਣੀ ਲੈ ਰਹੀ ਆ, ਤੁਹਾਡਾ ਕੀ ਇਹਦੇ ਬਾਰੇ ਕਹਿਣਾ ਵਾ? ਦੇਖੋ ਜੀ, ਮੱਕੀ ਪਾਣੀ ਤਾਂ ਉਹਨੇ ਲੈਣਾ ਹੀ ਆ, ਫਸਲ ਨੇ ਗਰਮੀ ਦੀ ਮੱਕੀ ਆ, ਪਰ ਇਹਦੇ ਵਿੱਚ ਮੇਰਾ ਇੱਕ ਤਜਰਬਾ ਆ। ਜਿਵੇਂ ਅਸੀਂ ਬੀਜਦੇ ਹਾਂ, ਅਸੀਂ ਇਹਨੂੰ ਜਿਹੜੀ ਡਰਿੱਲ ਲਿਆਉਂਦੀ ਆ ਨਾ, ਉਹਦੇ ਨਾਲ ਪੱਧਰੀ ਜ਼ਮੀਨ ਦੇ ਵਿੱਚ ਵੱਤਰ ਦੇ ਵਿੱਚ ਅਸੀਂ ਬੀਜ ਦਿੰਦੇ ਹਾਂ। ਜਦੋਂ ਗੋਡੇ ਗੋਡੇ ਹੁੰਦੀ ਆ ਉਦੋਂ ਉਹਨੂੰ ਅਸੀਂ ਤਕਰੀਬਨ ਤਰਫਾਲੀ ਮਾਰ ਕੇ ਬੰਨ ਕੇ ਪਾਣੀ ਲਾਉਂਦੇ ਹਾਂ। ਪਹਿਲੇ ਪਾਣੀ ਬਿਲਕੁਲ ਨਹੀਂ ਅਸੀਂ ਲਾਉਂਦੇ, ਉਹਨੂੰ ਸੁੱਕੀ ਜ਼ਮੀਨ 'ਚ ਬੀਜਦੇ ਹਾਂ, ਵਧੀਆ ਤਰੀਕੇ ਨਾਲ ਹਰੀ ਹੁੰਦੀ ਆ। ਉਹ ਤਰੀਕਾ ਅਪਣਾਉਣਾ ਚਾਹੀਦਾ। ਉਹ ਫਿਰ ਜਿਹੜੀ ਜਿੱਦਾਂ ਆਪਾਂ ਪੱਧਰੇ ਬੀਜਦੇ ਹਾਂ ਉਹ ਤਕਰੀਬਨ 2.5-3 ਇੰਚ ਦਾਣਾ ਥੱਲੇ ਚੱਲ ਜਾਂਦਾ, ਉਹਨੂੰ ਪਾਣੀ ਦੀ ਵੀ ਲੋੜ ਘੱਟ ਪੈਂਦੀ ਆ। ਬਟਾਲਾ ਸਾਹਿਬ, ਕਿਸਾਨੀ 'ਤੇ ਲਗਾਤਾਰ ਜਿਹੜੇ ਸੰਕਟ ਦੇ ਆਪਣੇ ਬੱਦਲ ਆ ਰਹੇ ਆ, ਮਾਲਵੇ ਵਿੱਚ ਲਗਾਤਾਰ ਜਿਹੜੇ ਕਿਸਾਨ ਆ ਖੁਦਕੁਸ਼ੀਆਂ ਦੇ ਰਾਹ ਚੱਲ ਗਏ, ਹੁਣ ਦੁਆਬਾ ਖੇਤਰ 'ਚ ਵੀ ਇੱਦਾਂ ਦੇ ਜਿਹੜੀ ਕਿਸਾਨ ਇਸ ਜਿਹੜੇ ਮੌਤ ਨੂੰ ਗਲੇ ਲਾ ਰਹੇ ਆ, ਕਿੱਦਾਂ ਹੱਲ ਹੋ ਸਕਦਾ ਇਹ ਜਿਹੜੀ ਖੁਦਕੁਸ਼ੀਆਂ ਦਾ ਦੌਰ ਪੰਜਾਬ 'ਚੋਂ ਨਿਕਲ ਸਕਦਾ? ਦੇਖੋ ਜੀ, ਮੇਰਾ ਇੱਕ ਸੁਝਾਅ ਆ, ਇੱਕ ਤਾਂ ਜ਼ਮੀਨ ਦਾ ਠੇਕਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ, ਉਹਨੂੰ ਘਟਾਉਣ ਦਾ। ਜਿਹੜੇ ਕਿਸਾਨ ਦੀ ਆਪਣੀ ਜਿੰਨੀ ਜ਼ਮੀਨ ਆ ਉਹ ਸਰਕਾਰ ਨੂੰ ਮੈਂ ਇੱਕ ਰਾਏ ਦਿੰਦਾ, ਆਪਣਾ ਸੁਝਾਅ ਦਿੰਦਾ ਕਿ ਜਿੰਨੀ ਕਿਸਾਨ ਦੀ ਆਪਣੀ ਜ਼ਮੀਨ ਆ ਉਹਦੇ ਵਿੱਚ ਉਹ ਝੋਨਾ ਲਾ ਸਕੇ, ਦੂਜੇ 'ਚ ਝੋਨਾ ਨਾ ਲਾ ਸਕੇ, ਉੱਥੇ ਮੱਕੀ ਦੀ ਫਸਲ ਜਿਹੜੀ ਹੁਣ ਬੀਜ ਹੋਣੀ ਆ ਉਹ ਬੀਜੇ। ਇੱਕ ਤਾਂ ਪਾਣੀ ਦਾ ਫਰਕ ਪਊਗਾ, ਇੱਕ ਜ਼ਮੀਨ ਦੇ ਠੇਕੇ ਜਿਹੜੇ ਆ ਉਹ ਬਿਲਕੁਲ ਜੋ ਜਾਇਜ਼ ਆ ਉਹ ਹਿਸਾਬ ਨਾਲ ਆ ਜਾਣਗੇ, ਕਿਸਾਨ ਵੀ ਬਚ ਜੂਗਾ ਅਤੇ ਜਿਹੜਾ ਠੇਕੇ 'ਤੇ ਜ਼ਮੀਨ ਦੇਣ ਵਾਲਾ ਉਹਨੂੰ ਵੀ ਜਾਇਜ਼ ਠੇਕਾ
ਮਿਲੀ ਜਾਊਗਾ। ਹੁਣ ਜੇ 60-60 ਹਜ਼ਾਰ ਰੁਪਈਆ 55-55 ਹਜ਼ਾਰ ਰੁਪਈਆ ਠੇਕੇ ਦੇ ਕੇ ਕਿਸਾਨ ਨੇ ਖੁਦਕੁਸ਼ੀਆਂ ਨਹੀਂ ਕਰਨੀਆਂ ਤਾਂ ਕੀ ਹੋਣਾ? ਉਹਦਾ ਤਰੀਕਾ ਇਹੋ ਜਿਹਾ, ਉਹ ਸਰਕਾਰ ਹੱਲ ਕੱਢ ਸਕਦੀ ਆ, ਕਿਸਾਨ ਨਹੀਂ ਕੱਢ ਸਕਦਾ। ਕਿਸਾਨ ਇੱਕ ਛੱਡਦਾ ਤਾਂ ਦੂਜਾ ਕਹਿੰਦਾ ਮੈਨੂੰ ਦੇ ਦੇ ਠੇਕੇ ਦੇ ਵੱਧ। ਇਹ ਸਰਕਾਰ ਇੱਕ ਦਬਾਅ ਬਣਾਵੇ ਵੀ ਤੁਸੀਂ ਚਾਹੁੰਦੇ ਵੀ ਇਹ ਸਰਕਾਰ ਤੈਅ ਕਰੇ ਜ਼ਮੀਨਾਂ ਦੇ ਠੇਕੇ? ਨਹੀਂ, ਸਰਕਾਰ ਤੈਅ ਨਹੀਂ ਕਰੇ, ਸਰਕਾਰ ਇੱਕ ਕੰਮ ਕਰ ਦੇਵੇ ਵੀ ਜਿਹਦਾ ਕਿਸੇ ਦੀ ਜਿੰਨੀ ਜ਼ਮੀਨ ਆ ਆਪਣੀ, ਉਹ ਉਹਦੇ ਨਾਂ ਗਰਦੌਰੀ ਆ ਕੋਈ, ਜਿੰਨੀ ਜ਼ਮੀਨ ਆ ਮਾਲਕੀ ਆ, ਜਿੰਨੀ ਮਾਲਕੀ ਦੇ ਵਿੱਚ ਆਪਣਾ ਉਹ ਲਾਵੇ ਝੋਨਾ ਜਾਂ ਬਾਸਮਤੀ, ਉਹਦਾ ਰੇਟ ਦੁੱਗਣਾ ਹੋਵੇ। ਜੇ ਉਹ ਅੱਜ 1800 ਨੂੰ ਵਿਕਦੀ ਆ, ਉਹ 3600 ਨੂੰ ਵਿਕੇ, ਜੇ ਉਹ ਚੀਜ਼ ਘੱਟ ਵਿਕੇ ਹੈ ਤਾਂ ਉਹ ਤਾਂ ਹੀ ਅਗਲਾ ਖਰੀਦੂਗਾ ਨਾ ਵੱਧ ਨੂੰ। ਅਤੇ ਜਿਹੜਾ ਹੈਗੇ ਆ 50-60 ਹਜ਼ਾਰ ਰੁਪਈਆ ਠੇਕਾ ਮੰਗਣ ਵਾਲੇ ਕਿਸਾਨ ਜਿਹੜੇ ਜ਼ਿਮੀਂਦਾਰ ਆ ਵਿਦੇਸ਼ਾਂ ਦੇ ਵਿੱਚ ਬੈਠੇ, ਉਹ ਤਾਂ ਵਿਦੇਸ਼ਾਂ 'ਚੋਂ ਵੀ ਕਮਾਈ ਕਰੀ ਜਾਂਦੇ ਆ ਅਤੇ ਇੱਧਰ ਵੀ ਕਰੀ ਜਾਂਦੇ ਆ, ਅਤੇ ਉਹ ਕਿਸਾਨ ਮਰਨ ਰਿਹਾ। ਕਿਸਾਨ ਨੂੰ ਮਰਨ ਦੀ ਮੇਰੀ ਇਹ ਸਲਾਹ ਆ, ਸਰਕਾਰ ਨੂੰ ਇਹ ਅਪਣਾਉਣਾ ਚਾਹੀਦਾ ਕਿ ਸਰਕਾਰ ਇਹ ਚਾਹਵੇ ਕਿ ਜਿਹੜਾ ਜ਼ਮੀਨ ਜਿਹਦੀ ਆ ਖੇਤੀ ਕਰਦਾ ਆ, ਨਾਲ ਉਹਦੀ ਜ਼ਮੀਨ ਆ ਆਪਦੀ, ਆਪਦੀ ਜ਼ਮੀਨ ਦੇ ਵਿੱਚ ਝੋਨਾ ਬੀਜੇ, ਦੂਜੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਮੱਕੀ ਬੀਜੇ ਜਿਹੜੀ ਹੁਣ ਬੀਜ ਹੁੰਦੀ ਆ। ਸਰਕਾਰ ਇੱਥੇ ਦਬਾਅ ਬਣਾਵੇ, ਕਾਨੂੰਨ ਬਣਾਵੇ, ਇਹ ਸਰਕਾਰ ਦੇ ਹੀ ਇਹ ਕਿਸਾਨਾਂ ਦੇ ਬਚਾਅ ਲਈ ਗੱਲ ਕਰਨੀ ਮੇਰੀ ਇੱਕ ਰਾਏ ਹੈ। ਇਹ ਸਨ ਇੱਕ ਉੱਘੇ ਕਿਸਾਨ, ਉੱਘੇ ਆਲੂ ਉਤਪਾਦਕ ਜਥੇਦਾਰ ਜਗੀਰ ਸਿੰਘ ਵਡਾਲਾ ਜੀ, ਜਿਨ੍ਹਾਂ ਨੇ ਆਪਣੇ ਸਾਡੇ ਨਾਲ ਅਣਮੁੱਲੇ ਜਿਹੜੇ ਤਜਰਬੇ ਖੇਤੀ ਦੇ ਉਹ ਵੀ ਸ਼ੇਅਰ ਕੀਤੇ। ਆਹ ਪਿੱਛੇ ਤੁਸੀਂ ਜਿਹੜਾ ਲੱਗਾ ਪੋਲੀ ਹਾਊਸ ਜਿਹੜਾ ਦੇਖ ਰਹੇ ਹੋ, ਇਹ 'ਚ ਵਡਾਲਾ ਸਾਹਿਬ ਤੁਹਾਨੂੰ ਰੋਕਣਾ ਚਾਹੁੰਦੇ, ਇਹ 'ਚ ਕੀ ਕਰਦੇ ਹੋ ਤੁਸੀਂ? ਇੱਕ ਜੀ ਅਸੀਂ ਜਿੱਦਾਂ 5-6 ਅਗਸਤ ਨੂੰ ਖੀਰਾ ਲਾ ਦਿੰਦੇ ਹਾਂ, ਸੀਡਲੈਸ ਖੀਰਾ। ਇਹ ਇੱਕ ਪੋਲੀ ਹਾਊਸ ਜਿਹੜਾ ਇਹ ਹੈ ਇੱਕ ਨਾਲ ਦਾ, ਇਹਦੇ 'ਚੋਂ 1,90,000 ਤੋਂ 1,00,000 ਦੇ ਵਿੱਚ ਖੀਰਾ ਨਿਕਲਦਾ। ਫਿਰ ਅਸੀਂ ਜਾ ਕੇ ਇਹ ਜਦੋਂ ਖਤਮ ਹੁੰਦਾ ਤਕਰੀਬਨ 11ਵੇਂ ਮਹੀਨੇ ਦੀ 8-7 ਤਰੀਕ ਨੂੰ, ਉਦੋਂ ਅਸੀਂ ਇਹ ਵਿੱਚ ਟਿਊਬਰ ਆਲੂ ਲਾਉਂਦੇ ਹਾਂ ਅਤੇ ਗਾੜੀ ਬੀਜ ਤਿਆਰ ਕਰਦੇ, ਦੋ ਹੀ ਫਸਲਾਂ ਕੱਢਦੇ ਹਾਂ, ਬਾਕੀ ਪਿਆ ਰਹਿੰਦਾ। ਇੰਨੀ ਜਗ੍ਹਾ 'ਚੋਂ ਕਿੰਨਾ ਫਿਰ ਬੀਜ ਹੋ ਜਾਂਦਾ ਆਲੂ ਦਾ? ਇਹ ਸਾਡਾ ਤਕਰੀਬਨ, ਇਹ ਸਾਡੇ ਕੋਲ 2 ਕਨਾਲ ਦੇ ਆ, ਦੋ ਹੁਣ ਅਸੀਂ ਗਾਂ ਹੋਰ ਲਾਵਾਂਗੇ, ਇਹ ਦੋਵਾਂ ਕਨਾਲਾਂ 'ਚੋਂ 1.5 ਕਿੱਲਾ ਸਾਡਾ ਬੀਜ ਦਾ ਲੱਗ ਜਾਂਦਾ। ਇਹ 'ਚੋਂ ਕੋਈ ਸਰਕਾਰ ਨੇ ਸਬਸਿਡੀ ਦਿੱਤੀ ਹੈ ਜਾਂ ਆਪਣੇ ਤੌਰ 'ਤੇ ਤੁਸੀਂ ਬਣਾਇਆ? ਨਹੀਂ ਜੀ, ਦਿੱਤੀ ਸੀ ਇਹਦੇ 'ਚੋਂ 1,00,000 ਰੁਪਈਆ 1 ਕਨਾਲ ਦੀ ਸਬਸਿਡੀ ਦਿੰਦੇ ਸੀਗੇ ਅਤੇ ਅਸੀਂ ਉਹ ਸਬਸਿਡੀ ਲੈ ਕੇ ਹੀ ਬਣਾਇਆ। ਵਡਾਲਾ ਸਾਹਿਬ, ਤੁਸੀਂ ਕਿਸਾਨੀ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਆਪਣੇ ਤਜਰਬੇ ਵੀ ਦੱਸੇ ਔਰ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਕਿਸਾਨੀ ਮੁੱਦੇ ਹੱਲ ਕੀਤੇ ਜਾ ਸਕਦੇ। ਤੁਹਾਡਾ ਬਹੁਤ ਬਹੁਤ ਧੰਨਵਾਦ।